ਮੂਸੇਵਾਲ ਸਾਹਿਬ ਦੇ ਪਾਪਾ ਜੀ ਨੇ ਕਿਹਾ ਕਿ ਅੱਗੇ ਤੋਂ ਭਾਈ ਜੇ ਕਿਸੇ ਨੂੰ ਮਾਰਨਾ ਗੈਂਗਸਟਰਸ ਨੇ ਪਹਿਲਾਂ ਉਹਨਾਂ ਦੇ ਮਾਂ ਪਿਓ ਨੂੰ ਮਾਰੋ। ਦਹਿਸ਼ਤਗਰਦੀ BJP ਅਤੇ RSS ਦੇ ਵਿੱਚ ਭਰੀ ਹੋਈ ਹੈ ਅਤੇ 1984 ਜੋ ਕੁਛ ਸਿੱਖਾਂ ਦੇ ਨਾਲ ਦਰਬਾਰ ਸਾਹਿਬ 'ਤੇ ਹੋਇਆ, ਦਿੱਲੀ, ਅਲਾਹਾਬਾਦ, ਕਾਨਪੁਰ, ਉਹ ਸਾਥੋਂ ਨਹੀਂ ਭੁੱਲ ਹੁੰਦਾ ਜਿਹੜੀ ਸਾਡੀ ਨਸਲਕੁਸ਼ੀ ਹਿੰਦੁੱਤਵ ਨੇ ਕੀਤੀ। 5 ਸਾਲ ਤੋਂ ਇਹ ਢੰਡੋਰਾ ਪਿੱਟ ਰਹੇ ਹੈ ਕਿ ਪਾਕਿਸਤਾਨ ਤੋਂ ਅਸਲਾ ਆ ਰਿਹਾ, ਪਰ ਉਹ ਕਿੱਥੇ ਜਾ ਰਿਹਾ? ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਇਹੋ ਜਿਹਾ ਅਸਲਾ ਜਮ੍ਹਾਂ ਕਰ ਲੈਂਦੀਆਂ ਅਤੇ ਜਦੋਂ ਕਿਸੇ ਦੇ ਉੱਤੇ ਪਾਉਣਾ ਪਵੇ, ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ 'ਤੇ ਪਾ ਤਾ, ਫਿਰ ਆਪਣੇ ਭੰਡਾਰਾਂ 'ਚੋਂ ਕੱਢ ਕੇ ਇਹ ਦਿਖਾ ਦਿੰਦੇ ਹੈ ਕਿ ਇਹ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਤੇ ਇਹ ਇੱਥੋਂ ਦਰਬਾਰ ਸਾਹਿਬ ਤੋਂ ਸਾਨੂੰ ਮਿਲੇ ਹੈ। 6 ਸਾਲ ਤੋਂ ਅਸਲਾ ਆ ਰਿਹਾ ਆ ਰਿਹਾ ਆ ਰਿਹਾ, ਪਰ ਕੋਈ ਵਾਰਦਾਤ ਤਾਂ ਹੋਈ ਨਹੀਂ। ਇਹ ਤਾਂ ਸਰਕਾਰ ਦੀ ਅਣਗਹਿਲੀ ਹੈ। ਗੱਲ ਇਹ ਹੈ ਕਿ ਮੂਸੇਵਾਲ ਸਾਹਿਬ ਨੂੰ ਜਿਹੜਾ ਇਹ ਬੇਗਨਾਹ ਬੰਦੇ ਨੂੰ ਮਾਰਤਾ, ਅਤੇ ਜਿਹੜੇ ਗੈਂਗਸਟਰ ਹੈਗੇ ਆ ਇਹਨਾਂ ਨੂੰ ਤਾਂ ਮੈਂ ਇਹੀ ਕਹਿੰਦਾ ਕਿ ਇਹ ਤੁਸੀਂ ਇਹ ਧੰਦਾ ਛੱਡੋ ਔਰ ਤੁਸੀਂ ਮੁੱਖ ਧਾਰਾ ਦੇ ਵਿੱਚ ਆਓ, ਆਰਾਮ ਨਾਲ ਜੀਵਨ ਕੱਟੋ ਜਿਵੇਂ ਅਸੀਂ ਕੱਟ ਰਹੇ ਹਾਂ। ਇਹ ਡਰ ਕੇ ਭੈ ਕੇ ਤੁਸੀਂ ਕਦੇ ਰਾਤ ਇੱਥੇ ਰਹਿੰਦੇ ਹੋ, ਕਦੇ ਉੱਥੇ ਰਹਿੰਦੇ ਹੋ, ਅਤੇ ਜੇ ਤੁਸੀਂ ਮੁੱਖ ਧਾਰਾ ਦੇ ਵਿੱਚ ਆ ਜਾਂਦੇ ਹੋ, ਸਮਾਜ ਦੇ ਵਿੱਚ ਜਿਹੜੀਆਂ ਪਾਰਟੀਆਂ ਉਹਨਾਂ ਦੇ ਵਿੱਚ ਚਲੇ ਜਾਂਦੇ ਹੋ, ਤਾਂ ਤੁਹਾਨੂੰ ਵੀ ਆਰਾਮ ਹੋਊਗਾ, ਪਬਲਿਕ ਨੂੰ ਵੀ ਆਰਾਮ ਹੋਊਗਾ। ਕਿਉਂ ਕਰਕੇ ਮੂਸੇਵਾਲ ਸਾਹਿਬ ਦੇ ਪਾਪਾ ਜੀ ਨੇ ਕਿਹਾ ਕਿ ਅੱਗੇ ਤੋਂ ਭਾਈ ਜੇ ਕਿਸੇ ਨੂੰ ਮਾਰਨਾ ਗੈਂਗਸਟਰਸ ਨੇ ਪਹਿਲਾਂ ਉਹਨਾਂ ਦੇ ਮਾਂ ਪਿਓ ਨੂੰ ਮਾਰੋ। ਕਿਉਂ ਕਰਕੇ ਮਾਂ ਪਿਓ ਤੋਂ ਨਹੀਂ ਸਿਹਾ ਜਾਂਦਾ ਕਿ ਆਪਣਾ ਜਵਾਨ ਮੁੰਡਾ ਕਿਸੇ ਨੇ ਮਾਰਤਾ। ਸੋ ਮੇਰਾ ਮਤਲਬ ਜਦੋਂ ਨਫ਼ਰਤ ਪੈ ਜੇ ਸਮਾਜ ਦੇ ਵਿੱਚ ਕਿਸੇ ਦੇ ਖਿਲਾਫ਼, ਫਿਰ ਆਪਾਂ ਸਿਰਫ ਆਪਣੀ ਪਾਰਟੀ ਹੈ ਜਿਹੜੀ ਕਹਿੰਦੀ ਹੈ ਕਿ ਤੁਸੀਂ ਵਾਪਸ ਘਰ ਆਓ, ਤੁਹਾਨੂੰ ਵੱਸੋ, ਜ਼ਿੰਦਗੀ ਬਿਤਾਓ ਅਤੇ ਸਮਾਜ ਦੇ ਨਾਲ ਚੱਲੋ, ਚੰਗੇ ਕੰਮ ਕਰੋ, ਇਸ ਤਰ੍ਹਾਂ। ਪਰ ਇਹ ਜਿਹੜੀ ਚੀਜ਼ ਹੈ ਕਿ ਦਹਿਸ਼ਤਗਰਦ ਆ ਗਏ ਜੀ, ਫਲਾਣੇ ਆ ਗਏ, ਦਹਿਸ਼ਤਗਰਦੀ BJP ਅਤੇ RSS ਦੇ ਵਿੱਚ ਭਰੀ ਹੋਈ ਹੈ ਅਤੇ 1984 ਜੋ ਕੁਛ ਸਿੱਖਾਂ ਦੇ ਨਾਲ ਦਰਬਾਰ ਸਾਹਿਬ 'ਤੇ ਹੋਇਆ, ਦਿੱਲੀ, ਅਲਾਹਾਬਾਦ, ਕਾਨਪੁਰ, ਉਹ ਸਾਥੋਂ ਨਹੀਂ ਭੁੱਲ ਹੁੰਦਾ ਜਿਹੜੀ ਸਾਡੀ ਨਸਲਕੁਸ਼ੀ ਹਿੰਦੁੱਤਵ ਨੇ ਕੀਤੀ। ਲੱਖਾ ਸਦਾਣਾ ਚੰਗਾ ਭਲਾ ਆਦਮੀ ਹੈ, ਸਾਡੇ ਨਾਲ ਇਲੈਕਸ਼ਨਾਂ 'ਚ ਰਹਿੰਦਾ, ਸਾਰਾ ਕੁਛ ਕਰਦਾ, ਉਹ ਤਾਂ ਬੜੀ ਇਹ ਮੈਨੂੰ ਤਾਂ ਨਹੀਂ ਠੀਕ ਲੱਗਦਾ ਕਿ ਉਹ ਜਿਹੜੇ ਪਰਚੇ ਕੀਤੇ ਆ ਉਹ ਠੀਕ ਕੀਤੇ ਆ, ਕਿਸੇ ਰੰਜਸ ਦੇ ਨਾਲ ਚੀਫ ਮਿਨਿਸਟਰ ਸਾਹਿਬ ਨੇ ਕਰਾਏ ਹੋਣੇ ਹੈ। ਪਰ ਮੇਰਾ ਨਹੀਂ ਖਿਆਲ ਜਿਹੜੇ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਹੈ ਕਿ ਇਹ ਚਿੱਟਾ ਜਾਂ ਇਹ ਗੋਲੀਆਂ, ਹੈਰੋਇਨ ਜਾਂ ਇਹ ਬੰਦੂਕਾਂ ਜਿਹੜੀਆਂ ਆ ਰਹੀਆਂ ਉਹ ਕਰਦੇ। ਕਿਉਂ ਕਰਕੇ ਦੇਖੋ, ਰੋਜ਼ ਆਪਾਂ ਸੁਣਦੇ ਹਾਂ ਕਿ ਪਾਕਿਸਤਾਨ ਤੋਂ ਬਹੁਤ ਵੱਡੇ ਭੰਡਾਰ ਹੈਰੋਇਨ ਦੇ, ਡਰੱਗਸ ਦੇ ਆ ਰਹੇ ਹੈ, ਹੈ ਨਾ। ਪਰ ਇਹ ਵੀ ਸਾਨੂੰ ਪਤਾ ਉਹ ਖਪਤ ਕਿੱਥੇ ਹੁੰਦੀ ਹੈ, ਪਰ ਜਿਹੜਾ ਅਸਲਾ ਆ ਰਿਹਾ ਨਾ ਉਹ ਬਹੁਤ ਫਿਕਰਮੰਦ ਹੈ। ਕਿਉਂ ਕਰਕੇ ਕੋਈ ਵਾਰਦਾਤ ਤਾਂ ਉਸ ਅਸਲੇ ਨਾਲ ਅੱਜ ਤੱਕ ਹੋਈ ਨਹੀਂ। 5 ਸਾਲ ਤੋਂ ਇਹ ਢੰਡੋਰਾ ਪਿੱਟ ਰਹੇ ਹੈ ਕਿ ਪਾਕਿਸਤਾਨ ਤੋਂ ਅਸਲਾ ਆ ਰਿਹਾ, ਪਰ ਉਹ ਕਿੱਥੇ ਜਾ ਰਿਹਾ? ਅਜੇ ਤਾਂ ਕੋਈ ਵਾਰਦਾਤ ਤਾਂ ਹੋਈ ਨਹੀਂ 5 ਸਾਲਾਂ ਤੋਂ। ਤੁਸੀਂ ਸਾਰੇ ਸੁਣਦੇ ਹੋ ਕਿ ਅਸਲਾ ਆ ਰਿਹਾ। ਹੁਣ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਇਹੋ ਜਿਹਾ ਅਸਲਾ ਜਮ੍ਹਾਂ ਕਰ ਲੈਂਦੀਆਂ, ਅਤੇ ਜਦੋਂ ਕਿਸੇ ਦੇ ਉੱਤੇ ਪਾਉਣਾ ਪਵੇ, ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ 'ਤੇ ਪਾ ਤਾ, ਫਿਰ ਆਪਣੇ ਭੰਡਾਰਾਂ 'ਚੋਂ ਕੱਢ ਕੇ ਇਹ ਦਿਖਾ ਦਿੰਦੇ ਹੈ ਕਿ ਇਹ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਤੇ ਇਹ ਇੱਥੋਂ ਦਰਬਾਰ ਸਾਹਿਬ ਤੋਂ ਸਾਨੂੰ ਮਿਲੇ ਹੈ। ਦੂਸਰੀ ਗੱਲ ਹੈ ਕਿ ਜੇ ਕਿਸੇ ਵੀ ਮੁਲਕ ਨੇ ਦੂਜੇ ਮੁਲਕ ਦੇ ਵਿੱਚ ਦਹਿਸ਼ਤਗਰਦੀ ਕਰਨੀ ਹੁੰਦੀ ਹੈ, ਫਿਰ ਇਹ ਜਿਹੜਾ ਅਸਲਾ ਜਮ੍ਹਾਂ ਹੁੰਦਾ ਨਾ, ਇਹ ਉਹਨਾਂ ਬੰਦਿਆਂ ਨੂੰ ਪਹੁੰਚਾਇਆ ਜਾਂਦਾ ਹੈ। ਉੱਥੇ ਇੰਡੀਆ ਦਾ ਬਣਿਆ ਹੋਇਆ ਅਸਲਾ ਨਹੀਂ ਜਾਊਗਾ, ਕਿਉਂ ਕਰਕੇ ਉਹ ਤਾਂ ਫਿਰ ਭੇਤ ਖੁੱਲ ਜੂਗਾ। ਜਿਹੜੇ ਦਹਿਸ਼ਤਗਰਦੀ ਇੰਡੀਆ ਖਰਾਰਦੀ ਹੈ ਦੂਜੇ ਮੁਲਕਾਂ ਦੇ ਵਿੱਚ, ਇਹ ਅਸਲਾ ਉਹਨਾਂ ਨੂੰ ਦਿੱਤਾ ਜਾਂਦਾ ਹੈ। ਤੁਸੀਂ ਸਾਰੇ ਸਿਆਣੇ ਹੋ, 5-6 ਸਾਲ ਤੋਂ ਅਸਲਾ ਆ ਰਿਹਾ ਆ ਰਿਹਾ ਆ ਰਿਹਾ, ਪਰ ਕੋਈ ਵਾਰਦਾਤ ਤਾਂ ਹੋਈ ਨਹੀਂ। ਇਹਦਾ ਮਤਲਬ ਇਹ ਜਮ੍ਹਾਂ ਹੋ ਰਿਹਾ,
ਅਤੇ ਜਿੱਥੇ ਇੰਡੀਆ ਨੇ ਦਹਿਸ਼ਤਗਰਦੀ ਕਿਹੜੇ ਮੁਲਕ ਦੇ ਵਿੱਚ ਫੈਲਾਉਣੀ ਹੋਏ ਉਹਨਾਂ ਨੂੰ ਦਿੱਤਾ ਜਾਂਦਾ।